ਆਪਣੀਆਂ ਪੇਪਰ ਭਰਾ ਸਕਦੀਆਂ ਆ। ਸਹੀ ਆ। ਤੇ ਇਹ ਪੇਪਰ ਭਰਾਉਣ ਲਈ ਮੇਨ ਕੀ ਕੀ ਡਾਕੂਮੈਂਟ ਚਾਹੀਦੇ ਹੁੰਦੇ ਆ? ਜਿੱਦਾਂ ਪੇਪਰ ਭਰਾਉਣ ਲਈ ਸਾਨੂੰ ਜਿੱਦਾਂ ਪਾਸਪੋਰਟ ਦੀ ਕਾਪੀ, ਫਰੰਟ ਬੈਕ, ਹਾਂ ਹਾਂ, ਤੇ ਇੱਕ ਆਧਾਰ ਕਾਰਡ, ਬਸ ਇਹ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ ਨਾ? ਦੋ ਚੀਜ਼ਾਂ ਜ਼ਰੂਰੀ ਆ। ਮਤਲਬ ਕਹਿਣ ਦਾ ਕਿ ਤੁਹਾਡੀ ਜੇਬ ਤੇ ਅਗਲੇ ਦੀ ਭੁੱਖ ਤੇ ਡਿਪੈਂਡ ਕਰਦਾ ਵੀ ਤੁਹਾਨੂੰ ਕਿੰਨੇ ਪੈਸੇ ਲੈਣੇ ਆ। ਏਜੰਟਾਂ ਨੇ ਭੁੱਖ ਜ਼ਿਆਦੇ ਵਧਾ ਲਈ ਆ। ਜੇ ਤੁਹਾਡਾ ਕੋਈ ਰਿਲੇਟਿਵ ਹੈਗਾ ਉੱਥੇ, ਇਟਲੀ ਦੇ ਵਿੱਚ ਹੈਗਾ ਰਿਲੇਟਿਵ, ਕੋਈ ਖਾਸ ਬੰਦਾ ਹੈਗਾ, ਫੇਰ ਤਾਂ ਤੁਸੀਂ ਲੀਗਲ ਤੌਰ ਤੇ 6-6.5-7 ਲੱਖ ਰੁਪਏ ਤੱਕ ਪੇਪਰ ਆਪਣੇ ਬਣਾ ਸਕਦੇ ਆ। ਮੈਂ ਇਹ ਕਹਿਣਾ ਆ ਵੀ ਜੇ ਆਪਾਂ ਇਲੀਗਲ ਜਾਂਦੇ ਆ ਡੌਂਕੀਆਂ ਰਾਹੀਂ 15-15 ਲੱਖ 12-12 ਲੱਖ ਦੇ ਕੇ, ਜੇ ਤੁਹਾਡਾ 10 ਲੱਖ ਰੁਪਏ ਦੇ ਵਿੱਚ ਵੀ ਤੁਹਾਡੇ ਪੇਪਰ ਇਟਲੀ ਦੇ ਬਣਦੇ ਆ, ਤੁਸੀਂ ਪਹੁੰਚ ਜਾਂਦੇ ਆ ਇਟਲੀ, ਵੈਲ ਐਂਡ ਗੁੱਡ ਆ। ਡੌਂਕੀਆਂ ਦੇ ਚੱਕਰ 'ਚ ਪੈਣਾ ਨਹੀਂ ਚਾਹੀਦਾ। 2 ਲੱਖ ਵਾਧੂ ਖਰਚ ਲਓ, ਬਿਲਕੁਲ ਜਾਨ ਤੁਹਾਡੀ ਸੇਫ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਵੀਡੀਓ ਦੇ ਵਿੱਚ। ਅਤੇ ਅੱਜ ਆਪਣੇ ਨਾਲ ਹੈਗਾ ਬਾਈ ਅਮਨਦੀਪ। ਭਾਅ ਜੀ ਕਿੱਦਾਂ ਹਾਲ ਚਾਲ? ਵਧੀਆ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਠੀਕ ਠਾਕ ਆ? ਵਧੀਆ ਜੀ, ਵਧੀਆ, ਤੁਸੀਂ ਸੁਣਾਓ? ਅਤੇ ਪਹਿਲਾਂ ਸ਼ੀਸ਼ੇ ਚੜ੍ਹਾਈਏ, ਬਾਹਰੋਂ ਆਵਾਜ਼ ਆਉਂਦੀ ਹੋਣਾ ਦੀ। ਅਤੇ ਅੱਜ ਆਪਾਂ ਗੱਲ ਕਰਨੀ ਸੀਗੀ ਜਿਹੜੇ ਇਟਲੀ ਦੇ ਵਿੱਚ ਪੇਪਰ ਖੁੱਲ੍ਹੇ ਆ ਨਾ, ਅਤੇ ਬਾਈ ਨੂੰ ਉਹਦੇ ਬਾਰੇ ਕਾਫ਼ੀ ਨੌਲੇਜ ਆ, ਅਤੇ 27 ਤਰੀਕ ਤੋਂ ਪੇਪਰ ਭਰ ਹੋਣੇ ਆ। ਅਤੇ ਮੈਂ ਸੋਚਿਆ ਕਿ ਜਿਹੜੇ ਵੀ ਆਪਾਂ ਨੂੰ ਦੇਖਦੇ ਆ ਉਹਨਾਂ ਨੂੰ ਇੱਕ ਵੀਡੀਓ ਬਣਾ ਕੇ ਆਪਾਂ ਦੱਸ ਦਈਏ, ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ, ਕੋਈ ਫਰੋਡ ਏਜੰਟਾਂ ਦੇ ਕੋਲ ਫਸੇ ਨਾ, ਹੈ ਨਾ, ਅਤੇ ਕਿਸੇ ਭਰਾ ਦੇ ਪੈਸੇ ਬਚ ਸਕਣ। ਅਤੇ ਭਾਅ ਜੀ ਹੋਰ ਕਿੱਦਾਂ ਹਾਲ ਚਾਲ? ਵਧੀਆ ਜੀ, ਠੀਕ ਹੈ, ਠੀਕ ਠਾਕ। ਮਾੜਾ ਜਿਹਾ ਪਹਿਲਾਂ ਤਾਂ ਉੱਚੀ ਬੋਲਿਓ। ਓਕੇ, ਹਾਂ। ਅਤੇ ਭਾਅ ਜੀ ਹੁਣ ਜਿੱਦਾਂ ਜਿਹੜੇ ਆ 27 ਤਰੀਕ ਨੂੰ ਪੇਪਰ ਭਰ ਹੋਣੇ ਆ, ਪਹਿਲਾਂ ਤਾਂ ਕਾਨੂੰਨ ਬਾਰੇ ਦੱਸੋ ਵੀ ਇਟਲੀ ਜਿਹੜੇ ਨਵੇਂ ਕਾਨੂੰਨ ਆਏ ਆ ਉਹ ਕੀ ਚੇਂਜ ਹੋਇਆ? ਇਟਲੀ ਦੇ ਵਿੱਚ ਸਭ ਤੋਂ ਪਹਿਲਾਂ ਕਾਨੂੰਨ ਤਾਂ ਇਹ ਆ ਜਿੱਦਾਂ ਚੇਂਜ ਹੋਏ ਆ ਵੀ ਜਿੱਦਾਂ ਆਪਾਂ ਦੂਸਰੀਆਂ ਕੰਟਰੀਆਂ ਤੋਂ ਇਲੀਗਲ ਉੱਥੇ ਐਂਟਰ ਹੋ ਜਾਂਦੀ ਸੀਗੀ, ਅਰਮਾਨੀਆ, ਸਰਬੀਆ, ਜੇ ਇੱਦਾਂ ਕੋਈ ਐਂਟਰ ਹੋਇਆ ਉੱਥੇ ਫੜਿਆ ਗਿਆ ਤਾਂ ਉਹਨੂੰ 30 ਸਾਲ ਦੀ ਸਜ਼ਾ ਆ। ਅੱਛਾ, ਯਾਨੀ ਕਿ ਆਪਾਂ ਇਲੀਗਲ ਰਹਿ ਸਕਦੇ ਹਾਂ ਯੂਰਪ ਦੇ ਵਿੱਚ, ਪਰ ਸਾਡੇ ਕੋਲ ਪਹਿਲਾਂ ਯੂਰਪ ਦਾ ਵੀਜ਼ਾ ਹੋਣਾ ਜ਼ਰੂਰੀ ਆ। ਆਪਾਂ ਬਾਅਦ 'ਚ ਫੜ ਵੀ ਹੋ ਜਾਈਏ ਕੋਈ ਦਿੱਕਤ ਨਹੀਂ ਹੈਗੀ, ਪਰ ਯੂਰਪ ਦਾ ਵੀਜ਼ਾ ਖਤਮ ਹੋਇਆ ਹੋਣਾ ਚਾਹੀਦਾ, ਭਾਵੇਂ ਯੂਰਪ ਦਾ ਵੀਜ਼ਾ ਸਾਡੇ ਲਈ ਜ਼ਰੂਰੀ ਆ। ਡੌਂਕੀ ਰਾਹੀਂ ਤੁਸੀਂ ਜਾ ਨਹੀਂ ਸਕਦੇ। ਸਹੀ ਆ। ਬਾਕੀ ਜਿਹਨਾਂ ਨੇ ਇਹ ਤਾਂ ਕੱਲਾ ਇਟਲੀ 'ਚ ਹੀ ਹੋਣਾ, ਬਾਕੀ ਯੂਰਪ 'ਚ ਤਾਂ ਜਿੱਦਾਂ ਹੁਣ ਪੁਰਤਗਾਲ ਚਲ ਜਾਂਦੇ ਮੁੰਡੇ ਕਈ, ਆਪਣੇ ਉੱਥੇ ਤਾਂ ਨਹੀਂ ਕੋਈ ਪ੍ਰੋਬਲਮ? ਨਹੀਂ, ਇਟਲੀ ਵਾਲਿਆਂ ਨੇ ਕੀਤਾ। ਅੱਛਾ, ਇਟਲੀ ਵਾਲਿਆਂ ਨੇ ਕੀਤਾ। ਬਾਕੀ ਇਹ ਜਾਣਾ ਹੀ ਆ ਡੌਂਕੀ ਰਾਹੀਂ ਵੀ, ਮੈਨੂੰ ਲੱਗਦਾ ਉਨਾ ਕੀ ਖਰਚਾ ਆ ਜਾਂਦਾ ਜਿੰਨਾ ਕਿ ਇਟਲੀ ਦੇ 9 ਮਹੀਨੇ ਦੇ ਪੇਪਰਾਂ ਦਾ ਖਰਚਾ। ਸੇਮ ਹੀ ਪੈਸੇ ਲੱਗ ਜਾਂਦੇ ਆ। ਸੇਮ ਪੈਸੇ ਲੱਗ ਜਾਂਦੇ, ਉਹਦੇ ਵਿੱਚ ਤੁਹਾਡੀ ਜਾਨ ਸੇਫ ਆ। ਬੰਦਾ ਤੰਗ ਵਾਧੂ ਹੁੰਦਾ? ਤੰਗ ਤਾਂ ਮਾਮਾ ਬਹੁਤ ਹੁੰਦਾ ਉੱਥੇ, ਕਿਉਂਕਿ ਆਪਾਂ ਮੈਂ ਦੇਖਿਆ ਸੀ ਪਿੱਛੇ ਇੱਕ ਵੀਡੀਓ ਕੀਤੀ ਸੀ, ਉਹ ਬਾਈ ਨਾਲ ਗੱਲਬਾਤ ਕਰਾਈ ਸੀ ਤੁਹਾਡੀ, ਉਹ ਬੰਦੇ ਨੇ 14 ਵਾਰ ਡੌਂਕੀ ਲਾਈ ਗ੍ਰੀਸ ਦੀ, ਗ੍ਰੀਸ ਜਾਣਾ ਸੀ ਉਹਨੇ। ਗ੍ਰੀਸ ਪਾਣੀ 'ਚ ਘਿਰਿਆ, ਉਹ ਡੌਂਕੀ ਰਾਹੀਂ ਜਾਣਾ ਪੈਂਦਾ, ਪਰ ਗ੍ਰੀਸ ਜਾਣ ਦਾ ਫਾਇਦਾ ਨਹੀਂ। ਜੇ ਯੂਰਪ ਜਾਣਾ ਤਾਂ ਸਭ ਤੋਂ ਬੈਸਟ ਇਹੀ ਆ, 9 ਮਹੀਨੇ ਦੇ ਪੇਪਰ ਭਰਾਓ ਇਟਲੀ ਦੇ, ਨੀਅਰ ਅਬਾਊਟ ਜੇ 10 ਕੁ ਲੱਖ ਰੁਪਈਆ ਲੈਂਦੇ ਆ। ਹਾਂ, ਜਾਂ ਫਿਰ ਇੱਕ ਗੱਲ ਮੈਂ ਹੋਰ ਐਡ ਕਰਦਾ, ਜਾਂ ਫਿਰ ਜਿੱਦਾਂ ਤੁਹਾਡੀ ਕੋਲ ਬੈਂਕ ਬੈਲੈਂਸ ਹੋਵੇ, ਤੁਹਾਡਾ ਇਨਕਮ ਟੈਕਸ ਰਿਟਰਨ ਹੋਣ, ਜਾਂ ਤੁਹਾਡੀ ਥੋੜੀ ਬਹੁਤੀ ਟਰੈਵਲ ਹਿਸਟਰੀ ਹੋਵੇ ਜਾਂ ਨਾ ਵੀ ਹੋਵੇ, ਤਾਂ ਤੁਸੀਂ ਟੂਰਿਸਟ ਵੀਜ਼ਾ ਆਪ ਵੀ ਅਪਲਾਈ ਕਰ ਸਕਦੇ ਹੋ। ਟਰਾਈ ਤਾਂ ਇਹੀ ਕਰੋ ਨਾ ਟੂਰਿਸਟ ਵੀਜ਼ੇ ਦਾ, ਜੇ ਤੁਹਾਡਾ ਜਿੱਦਾਂ ਮੈਂ ਵੀਜ਼ਾ ਲੈ ਕੇ ਜਾ ਕੇ ਆਇਆ, ਜੇ ਕਿਸੇ ਨੇ ਮੇਰੀ ਪੁਰਾਣੀ ਵੀਡੀਓ ਦੇਖੀ ਹੋਵੇ ਤਾਂ। ਅਤੇ ਹੁਣ ਆਪਾਂ ਗੱਲ ਕਰਦੇ ਹਾਂ 9 ਮਹੀਨੇ ਵਾਲੇ ਪੇਪਰਾਂ 'ਤੇ, ਜਿਹੜੇ 9 ਮਹੀਨੇ ਵਾਲੇ ਪੇਪਰ ਇਹ ਅੱਗੇ ਵੱਧ ਜਾਂਦੇ ਆ? ਜਿੱਦਾਂ ਹੁਣ ਇਟਲੀ ਵਾਲਿਆਂ ਨੇ ਨਵਾਂ ਲੋਅ ਕਰ ਦਿੱਤਾ ਇਹ ਵੀ 9 ਮਹੀਨੇ ਵਾਲੇ ਪੇਪਰ ਜਿਹੜੇ ਹੁਣ ਦੁਬਾਰਾ ਨਿਕਲਣੇ ਆ ਉਹ ਅੱਗੇ ਐਕਸਟੈਂਡ ਹੋਣੇ ਆ, 9 ਮਹੀਨੇ ਬਾਅਦ ਵਧਣੇ ਆ। ਜਿਹੜੇ ਪਹਿਲਾਂ ਪੇਪਰ ਨਿਕਲਦੇ ਸੀ ਉਹ ਵੱਧਦੇ ਨਹੀਂ ਸੀਗੇ ਉੱਥੇ। ਸਹੀ ਆ। ਅਤੇ ਹੁਣ ਥੋੜ੍ਹਾ ਉਹਦਾ ਖਰਚਾ ਜ਼ਿਆਦਾ ਪੈਣਾ, ਪਰ ਉਹਦੇ ਵਿੱਚ ਬੈਟਰ ਇਹ ਵੀ ਤੁਹਾਡੇ ਇਟਲੀ ਦੇ ਪੇਪਰ ਹੀ ਬਣ ਜਾਣੇ 9 ਮਹੀਨੇ। ਉਸ ਤੋਂ ਬਾਅਦ ਵਿੱਚ ਉਹੀ 2-3 ਹਜ਼ਾਰ-3 ਹਜ਼ਾਰ ਯੂਰੋ ਜੋ ਵੀ ਲੱਗਾ ਜਾਂ ਕਿਸੇ ਦੀ 3-5 ਹਜ਼ਾਰ ਯੂਰੋ ਆ, ਹਜੇ ਪੂਰਾ ਕਨਫਰਮ ਨਹੀਂ ਹੋਇਆ ਕਿੰਨੀ ਫੀਸ ਲੱਗਣੀ ਹੈ, ਨੀਅਰ ਅਬਾਊਟ 3-5 ਹਜ਼ਾਰ ਯੂਰੋ ਹੀ ਆ। ਤੇ ਜਿਹੜੇ ਆ ਪਰਸੋਂ ਨੂੰ 27 ਤਰੀਕ ਤੋਂ ਜਿਹੜੇ ਪੇਪਰ ਭਰ ਹੋਣੇ ਆ, ਇਹ ਕਿੰਨਾ ਚਿਰ ਖੁੱਲੇ ਰਹਿਣੇ ਆ ਇਹ? ਜਿੱਦਾਂ ਹੁਣ 27 ਤਰੀਕ ਨੂੰ ਭਰ ਹੋਣੇ ਆ ਤਾਂ 27 ਤਰੀਕ ਨੂੰ ਓਪਨ ਹੋ ਗਏ ਆ, ਉਹ ਤੋਂ ਬਾਅਦ ਇਹ ਬੰਦ ਤਾਂ ਪੂਰਾ ਸਾਲ ਨਹੀਂ ਹੋਣੇ। ਅੱਛਾ, ਪਰ ਇਹ ਜਿਹੜੇ ਪਹਿਲੇ ਦਿਨ 9 ਵਜੇ ਇਹ ਖੋਲ੍ਹਣੇ ਆ ਤਾਂ 9:02-3:04 ਤੱਕ ਭਰ ਹੋ ਗਏ, ਉਹਨਾਂ ਦੇ ਚਾਂਸ ਹੁੰਦੇ ਆ ਨਿਕਲਣ ਦੇ। ਉਹ ਤੋਂ ਬਾਅਦ ਤੁਸੀਂ 27 ਤੋਂ ਬਾਅਦ 28-29 ਨੂੰ ਭਰਨੇ ਆ, 1 ਮਹੀਨੇ ਬਾਅਦ ਭਰਨੇ, ਭਰ ਹੋ ਜਾਣੇ ਪਰ ਪੇਪਰ ਨਿਕਲਣੇ ਨਹੀਂ ਹੈਗੇ। ਸਹੀ ਆ। ਜਿਹੜੇ 9:01-2:03 ਤੱਕ ਜਿਹੜੇ ਪੇਪਰ ਤੁਹਾਡੇ ਭਰ ਹੋ ਗਏ। ਹੁਣ ਜਿੱਦਾਂ ਇੱਕ ਚੀਜ਼ ਹੋਰ ਕਹਿੰਦੇ ਸੀ ਵੀ ਹੁਣ ਪੇਪਰ ਹਮੇਸ਼ਾ ਹੀ ਖੁੱਲੇ ਹੀ ਰਹਿਣੇ ਆ। ਪੇਪਰ ਹਜੇ ਇਹ ਗੱਲ ਕਨਫਰਮ ਪੂਰੀ ਹੋਈ ਨਹੀਂ ਹੈਗੀ,
ਵੈਸੇ 90% ਸ਼ੋਰ ਵਾ ਵੀ ਹੁਣ ਪੇਪਰ ਹਮੇਸ਼ਾ ਹੀ ਖੁੱਲੇ ਰਹਿਣੇ ਆ। ਪਰ ਜੇ ਹੁਣ ਅੱਗੇ ਤਾਂ ਹੁੰਦਾ ਸੀ ਕਿ ਇੱਕ ਦਿਨ ਪੇਪਰ ਖੁੱਲੇ ਉਦਣ ਬਹੁਤ ਸਾਰੇ ਲੋਕਾਂ ਨੇ ਭਰ ਦਿੱਤੇ ਉਹ ਥੋੜਿਆਂ ਦੇ ਨਿਕਲ ਗਿਆ ਬਾਕੀ ਰਹਿ ਗਿਆ ਹਨਾ, ਤੇ ਹੁਣ ਜਦ ਪੇਪਰ ਹਮੇਸ਼ਾ ਖੁੱਲੇ ਹੀ ਰਹਿਣੇ ਆ ਤਾਂ ਫਿਰ ਇੱਦਾਂ ਨਹੀਂ ਹੋਊਗਾ ਕਿ ਜ਼ਿਆਦਾ ਲੋਕਾਂ ਦੇ ਪੇਪਰ ਨਿਕਲੂਗੇ। ਜਿੱਦਾਂ ਹੁਣ ਪੇਪਰ ਤਾਂ ਅੱਗੇ ਵੀ ਪੂਰਾ ਸਾਲ ਹੀ ਖੁੱਲੇ ਰਹਿੰਦੇ ਸੀ, ਪਰ ਉਹ ਪਹਿਲੇ 2-3 ਮਿੰਟ ਵਾਲਿਆਂ ਦੇ ਨਿਕਲਦੇ ਸੀ, ਉਹ ਕੋਟਾ ਇੱਕ ਰੱਖਿਆ ਹੁੰਦਾ ਸੀ, ਉਹ 80-85 ਹਜ਼ਾਰ ਬੰਦੇ ਦਾ ਕੋਟਾ ਮੇਰੇ ਖਿਆਲ ਨਾਲ, ਜਿੱਦਾਂ 80,000 ਪੰਜਾਬ ਤੋਂ ਇੰਨਾ ਉੱਥੋਂ ਇੰਨਾ ਉੱਥੋਂ ਜਿੱਦਾਂ ਇਹਦਾ ਹੁੰਦਾ ਕੀਤਾ ਸਾਰਾ ਕੁਛ। ਤੇ ਪਰ ਹੁਣ ਇੱਦਾਂ ਹੀ ਨਹੀਂ ਕਰ ਦਿੱਤਾ ਵੀ ਜਿੱਦਾਂ ਹੁਣ ਮਾਲਕ ਨੂੰ ਦੱਸਣਾ ਪੈਣਾ ਮੈਂ ਪੇਪਰ ਜਿਹੜੇ ਹੁਣ 27 ਨੂੰ ਖੁੱਲਣੇ ਆ, ਮੰਨ ਲਓ ਅਸੀਂ ਉਹ ਤੋਂ 10 ਦਿਨਾਂ ਬਾਅਦ ਭਰਦੇ ਹਾਂ, ਉਹ ਨਿਕਲੂਗੇ ਜ਼ਰੂਰ, ਪਰ ਮਾਲਕ ਨੂੰ ਕਾਰਨ ਦੱਸਣਾ ਪੈਣਾ ਹੈ ਉਹਦੇ ਵਿੱਚ ਬਈ ਮੈਂ ਪਹਿਲਾਂ ਪੇਪਰ ਕਾਹਤੇ ਨਹੀਂ 27 ਤਰੀਕ ਨੂੰ ਜਦ ਖੁੱਲੇ ਉਸ ਵੇਲੇ ਕਾਹਤੇ ਨਹੀਂ ਭਰੇ, ਤੇ ਮੈਨੂੰ ਹੁਣ ਇੰਡੀਆ ਤੋਂ ਹੀ ਮੰਗਾਉਣ ਦੀ ਕਿਉਂ ਜ਼ਰੂਰਤ ਵਾ। ਉਹ ਸਹੀ ਹੈ, ਜਾਂ ਫਿਰ ਮਾਲਕ ਦਾ ਰਿਕਾਰਡ ਵਧੀਆ ਹੋਵੇ, ਕਹਿਣ ਦਾ ਮਤਲਬ ਟੈਕਸ ਟੂਕਸ ਵੀ ਪੇ ਕਰਦਾ ਹੋਵੇ ਹਨਾ, ਟੈਕਸ ਪੇ ਕਰਦੇ ਤੇ ਜਿਹੜੇ ਟੈਕਸ ਪੇ ਕਰਦੇ ਆ ਉਹਨਾਂ ਦੇ ਹੀ ਪੇਪਰ ਨਿਕਲਦੇ ਆ, ਉਦਾਂ ਨਹੀਂ ਹਰ ਕੋਈ ਕਢਾ ਸਕਦਾ। ਇੱਕ ਚੀਜ਼ ਹੋਰ ਭਾਜੀ ਜਿਹੜੀ ਜਿਹੜੀ ਜਿੱਦਾਂ ਹੁਣ ਇਟਲੀ ਦੇ ਪੇਪਰਾਂ ਦੇ ਨਾਂ ਤੇ ਫਰਾਡ ਵੀ ਬਹੁਤ ਹੁੰਦਾ ਹਨਾ, ਕਹਿੰਦੇ ਆਮ ਹੀ ਬੰਦਾ ਕਹਿੰਦਾ ਵੀ ਇਟਲੀ ਦੇ ਪੇਪਰ ਭਰਾਉਣੇ ਆ, ਲਿਓ ਜੀ 50,000 ਦੇ ਦਿਓ ਐਡਵਾਂਸ, 1,00,000 ਰੁਪਈਆ ਦੇ ਦਿਓ ਐਡਵਾਂਸ, ਤੇ ਉਹ ਜਿਹੜੀ ਰਸੀਦ ਵੀ ਉਧਰੋਂ ਕਈ ਬਣਾ ਕੇ ਦਿੰਦੇ ਆ ਹਨਾ, ਤੇ ਉਹ ਜਾਲੀ ਜਿਹੀ ਹੁੰਦੀ ਆ, ਤੇ ਨਾ ਹੀ ਉਹਦੀ ਆਪਾਂ ਨੂੰ ਭਾਸ਼ਾ ਇਟਾਲੀਅਨ ਭਾਸ਼ਾ ਆਉਂਦੀ ਹੁੰਦੀ ਆ ਹਨਾ, ਤੇ ਨਾ ਹੀ ਉਹਨੂੰ ਮਤਲਬ ਇੰਨਾ ਕੋਈ ਬੰਦਾ ਪੜ੍ਹ ਕੇ ਦੱਸ ਸਕਦਾ ਵੀ ਅਸਲੀ ਆ ਕਿ ਨਕਲੀ, ਉਹਦੀ ਪਹਿਚਾਣ ਵੀ ਨਹੀਂ ਹੁੰਦੀ ਹਨਾ ਵੀ ਕਿੱਦਾਂ ਇਹ ਅਸਲੀ ਆ ਕਿ ਨਕਲੀ ਆ। ਵੈਸੇ ਉਹਦੀ ਜਿਹੜੇ ਹੁਣ ਜਿੱਦਾਂ ਹੁਣ ਸਾਨੂੰ ਨੌਲੇਜ ਆ, ਮੈਂ ਉਹਦੀ ਪਹਿਚਾਣ ਕਰ ਲੈਣਾ, ਜਿਹੜੀ ਐਡਿਟ ਕੀਤੀ ਹੁੰਦੀ ਆ ਉਹ ਥੋੜਾ ਅਲੱਗ ਦਿਸਦੀ ਹੁੰਦੀ ਆ, ਉਹਦੇ ਫੌਂਟ ਅਲੱਗ ਹੋ ਜਾਂਦੇ ਆ, ਸਹੀ ਆ, ਉਹਦੇ ਨਾਲ ਮੈਚ ਨਹੀਂ ਕਰਦੇ ਹੁੰਦੇ। ਤੇ ਪਰ ਜਿਹੜੇ ਹੁਣ ਜ਼ਿਆਦਾ ਜੀਨੀਅਸ ਏਜੰਟ ਆ ਜਿੱਦਾਂ ਹੁਣ ਇਹਨਾਂ ਨੇ ਇਟਲੀ ਨੇ ਕਰ ਦਿੱਤਾ, ਪਹਿਲਾਂ 6 ਮਹੀਨੇ ਦਾ ਟਾਈਮ ਲੈਂਦੇ ਸੀ ਇਹ ਪੇਪਰ ਕੱਢਣ ਨੂੰ, ਹੁਣ ਇਹ ਨਹੀਂ ਕਰ ਦਿੱਤੇ ਆ 28-1 ਮਹੀਨਾ ਲਾ ਕੇ ਚੱਲੋ ਤੁਸੀਂ, 1 ਮਹੀਨੇ ਬਾਅਦ 27 ਨੂੰ ਪੇਪਰ ਭਰ ਹੋਣੇ ਆ, ਉਹ ਤੋਂ 1 ਮਹੀਨੇ ਬਾਅਦ ਇਹਨੀ ਮਾਲਕਾਂ ਨੂੰ ਮੇਲ ਕਰ ਦੇਣੀ ਆ ਵੀ ਤੁਹਾਡੇ ਆਹ ਬੰਦਿਆਂ ਦੇ ਪੇਪਰ ਨਿਕਲ ਚੁੱਕੇ ਆ, ਤੁਸੀਂ ਚੱਕ ਲਓ ਇਹਨਾਂ ਨੂੰ। ਤੇ ਉਹਨਾਂ ਦੀ ਕੁਛ ਫੀਸ ਹੁੰਦੀ ਆ, €4,000 ਜਾਂ 3,000-3,500 ਇੱਦਾਂ ਫੀਸ ਹੁੰਦੀ ਆ, ਤੇ ਜਦੋਂ ਜਮ੍ਹਾਂ ਕਰਾਉਂਦੇ ਆ ਤਾਂ ਫਿਰ ਉਹ ਨੂਲਾ ਉਸਤਾ ਇੱਕ ਪੇਪਰ ਦਿੰਦੇ ਆ, ਲਾਈਕ ਵੀਜ਼ਾ ਹੀ ਹੁੰਦਾ ਉਹ, ਠੀਕ ਹੈ ਜੀ। ਜਦੋਂ ਨੂਲਾ ਉਸਤਾ ਤੁਹਾਡੇ ਕੋਲ ਆ ਗਿਆ, ਤੁਸੀਂ ਅੰਬੈਸੀ ਸਿਰਫ ਉਹਨੂੰ ਜਮ੍ਹਾਂ ਕਰਾ ਕੇ ਉੱਤੇ 100% ਵੀਜ਼ਾ ਮਿਲਣਾ ਹੀ ਮਿਲਣਾ ਆ, ਨੂਲਾ ਉਸਤਾ ਆਪਾਂ ਜਮ੍ਹਾਂ ਕਰਾ ਦੇਣਾ ਤੇ ਉਹਨੇ ਨੂਲਾ ਉਸਤਾ ਦੇ ਬਦਲੇ ਸਾਡੇ ਸਟਿੱਕਰ ਵੀਜ਼ਾ ਪਾਸਪੋਰਟ ਦੇ ਉੱਤੇ ਲਾ ਦੇਣਾ ਆ, ਠੀਕ ਹੈ। ਤੇ ਉਹ ਕਹਿਣ ਦਾ ਮਤਲਬ ਇੱਕ ਤਰ੍ਹਾਂ ਦਾ ਉਹ ਵੀਜ਼ਾ ਹੀ ਹੁੰਦਾ ਹੈ, ਕਿ ਫਿਰ ਆਪਾਂ ਪੇਪਰ ਵੀਜ਼ਾ ਕਹਿ ਸਕਦੇ ਆ ਅੰਬੈਸੀ ਜਮ੍ਹਾਂ ਕਰਾ ਕੇ। ਸੌਰੀ, ਪਹਿਲਾਂ ਤਾਂ ਇੱਕ ਤਾਂ ਜੀ ਬੈਟਰੀ ਸਾਡੇ ਕੈਮਰੇ ਦੀ ਬੈਟਰੀ ਮੁੱਕ ਗਈ ਸੀ ਤੇ ਝਟਕਾ ਲੱਗ ਗਿਆ, ਤੇ ਥੋੜ੍ਹਾ ਜਿਹਾ ਹਨੇਰਾ ਵੀ ਹੋ ਰਿਹਾ ਤੇ ਵੀਡੀਓ ਸ਼ਾਇਦ ਤੁਹਾਨੂੰ ਥੋੜ੍ਹੀ ਕਾਲੀ ਕਾਲੀ ਲੱਗੂਗੀ ਤੇ ਮੈਂ ਲਾਈਟ ਵੀ ਜਗਾ ਦਿੱਤੀ। ਤੇ ਹਾਂਜੀ ਭਾਜੀ, ਆਪਾਂ ਕਿੱਥੇ ਸੀ ਵੀ ਅਪੁਆਇੰਟਮੈਂਟ ਦਾ ਜਿਹੜਾ ਚੱਕਰ ਸੀਗਾ ਹਨਾ? ਹਾਂਜੀ ਬਿਲਕੁਲ, ਇਹ ਹੁਣ ਜਿਹੜੇ ਲਾਸਟ ਈਅਰ ਦੇ ਪੇਪਰ ਸੀਗੇ ਤੇ ਇਹਨਾਂ ਨੇ ਇਟਾਲੀਅਨ ਗੌਰਮੈਂਟ ਨੇ ਜਿਹੜੀ ਅਪੁਆਇੰਟਮੈਂਟ ਚੈੱਕ ਹੁੰਦੀ ਸੀ ਉਹ ਵੈਬਸਾਈਟ ਬੰਦ ਕਰਤੀ ਸੀ, ਉਹ ਕਦੇ ਕਦੇ ਖੁੱਲਦੀ ਸੀ। ਅੱਛਾ, ਤੇ ਉਹਦੇ ਕਰਕੇ ਜਿੱਦਾਂ ਹੁਣ ਪਹਿਲਾਂ 1,000-1,200-2,000 ਰੁਪਏ ਤੱਕ ਅਪੁਆਇੰਟਮੈਂਟ ਮਿਲ ਜਾਂਦੀ ਸੀ, ਇਸ ਵਾਰੀ 50,000 ਤੋਂ ਲੈ ਕੇ 80,000 ਰੁਪਏ ਲਈ ਪੇਡ ਅਪੁਆਇੰਟਮੈਂਟ ਮਿਲੀਆਂ, ਪਰ ਉਹਦੇ ਵਿੱਚ ਵੀ ਜ਼ਿਆਦਾਤਰ ਨਕਲੀ ਅਪੁਆਇੰਟਮੈਂਟਾਂ ਜ਼ਿਆਦਾ ਮਿਲੀਆਂ। ਮੈਨੂੰ ਮੇਰੇ ਨਾਲ ਖੁਦ ਇੱਦਾਂ ਹੋਇਆ, ਮੈਨੂੰ 11 ਜਨਵਰੀ ਦੀ ਮਿਲੀ ਸੀ ਅਪੁਆਇੰਟਮੈਂਟ। ਤੇ ਇੱਕ ਚੀਜ਼ ਮੈਂ ਹੋਰ ਦੱਸਦਾ, ਭਾਈ ਵੀ ਭਰਾ ਵੀ ਆਪਣਾ ਇਹਨਾਂ ਪੇਪਰਾਂ ਤੇ ਹੀ ਇਟਲੀ ਚੱਲਾ ਥੋੜੇ ਦਿਨਾਂ ਤੱਕ, ਤੇ ਭਾਜੀ ਮੁਬਾਰਕਾਂ ਤੁਹਾਨੂੰ ਵੀ, ਤੇ ਬਾਈ ਦੇਖਣ ਵਾਲੇ ਤੁਸੀਂ ਵੀ ਮੁਬਾਰਕਾਂ ਦੇ ਦਿਓ ਭਾਈ ਨੂੰ ਕਮੈਂਟ ਦੇ ਵਿੱਚ। ਥੈਂਕ ਯੂ ਜੀ। ਤੇ ਅਪੁਆਇੰਟਮੈਂਟਾਂ ਦੀ ਹੈ ਨਾ ਬੜੀ ਦਿੱਕਤ ਆਈ। ਹਾਂ, 11 ਤਰੀਕ ਨੂੰ ਮੇਰੀ ਅਪੁਆਇੰਟਮੈਂਟ ਸੀ, ਮੈਂ ਅੰਬੈਸੀ ਦੇ ਅੰਦਰ ਵੀ ਚਲੇ ਗਿਆ ਸੀਗਾ। ਹਾਂ, ਤੇ ਉਹਨੇ ਮੈਨੂੰ ਕਿਹਾ ਨਾ ਵੀ ਤੁਹਾਡੀ ਅਪੁਆਇੰਟਮੈਂਟ ਨਕਲੀ ਆ। ਅੱਛਾ, ਮੈਂ ਵੈਸੇ ਉਹਨਾਂ ਨਾਲ ਕਾਫੀ 2 ਘੰਟੇ ਬੈਸਿਆ, ਤੇ ਪਰ ਉਹਨੇ ਮੈਨੂੰ ਸੈਟੀਸਫਾਈ ਕੀਤਾ, ਉਹਨੇ ਆਪਣੇ ਸਿਸਟਮ 'ਚ ਦਿਖਾ ਲਿਆ ਵੀ ਤੁਸੀਂ ਆਪਣੇ ਏਜੰਟ ਨੂੰ ਫੜੋ ਤੇ ਵੀ ਤੁਹਾਡੀ ਨਕਲੀ ਆ। ਮੈਂ ਵਾਪਸ ਆ ਗਿਆ, 45,000 ਦਾ ਮੇਰਾ ਲੋਸ ਹੋ ਗਿਆ। ਉਹ ਤੋਂ ਬਾਅਦ ਫਿਰ ਮੈਂ 15,000 ਦੇ ਵਿੱਚ ਦੁਬਾਰਾ ਅਪੁਆਇੰਟਮੈਂਟ ਚੱਕੀ, ਮੇਰੇ ਪੇਪਰ ਜਮ੍ਹਾਂ ਹੋ ਗਏ ਤੇ ਮੇਰਾ ਲੱਕੀਲੀ 10 ਤਰੀਕ ਨੂੰ ਵੀਜ਼ਾ ਆ ਗਿਆ। ਸਹੀ ਆ। ਤੇ ਭਾਜੀ, ਇਹਨਾਂ ਪੇਪਰਾਂ ਦੇ ਉੱਪਰ ਜਿੱਦਾਂ ਖਰਚਾ ਕਿੰਨਾ ਆ ਜਾਂਦਾ, ਜਿੱਦਾਂ ਟੋਟਲ, ਜਿੱਦਾਂ ਮਤਲਬ ਇੱਥੋਂ ਟੋਟਲ ਸਾਰੇ ਪ੍ਰੋਸੈਸ ਦਾ, ਮਤਲਬ ਵਿੱਚ ਏਜੰਟ, ਜੋ ਵੀ ਏਜੰਟ ਦੇ ਥਰੂ, ਜਿੱਦਾਂ ਹੁਣ ਤੁਸੀਂ ਵੀ ਕਿਸੇ ਏਜੰਟ ਦੇ ਥਰੂ ਕੀਤਾ ਹੋਣਾ ਨਾ, ਤੇ ਕਿੰਨਾ ਖਰਚਾ ਆ ਜਾਂਦਾ? ਜਿੱਦਾਂ ਖਰਚਾ, ਜਿਹੜੇ ਪੇਪਰਾਂ ਦਾ ਖਰਚਾ, ਇੱਕ ਤਾਂ ਡਿਪੈਂਡ ਕਰਦਾ ਤੁਹਾਡੀ ਜੇਬ ਕਿੰਨਾ ਅਫੋਰਡ ਪੈਸੇ ਕਰਦੀ ਆ।
ਦੂਜਾ ਹੁਣ ਅੱਜ ਕੱਲ ਦੇ ਏਜੰਟ ਜਿਹੜੀ ਆ ਮੂੰਹ ਬਹੁਤ ਅੱਟਦੇ ਆ ਮਤਲਬ ਕਹਿਣ ਦਾ ਕਿ ਤੁਹਾਡੀ ਜੇਬ ਤੇ ਅਗਲੇ ਦੀ ਭੁੱਖ ਤੇ ਡਿਪੈਂਡ ਕਰਦਾ ਵੀ ਤੁਹਾਨੂੰ ਕਿੰਨੇ ਪੈਸੇ ਲੈਣੇ ਆ ਏਜੰਟਾਂ ਨੇ ਭੁੱਖ ਜ਼ਿਆਦਾ ਵਧਾ ਲਈ ਓ ਆ ਜੇ ਤੁਹਾਡਾ ਕੋਈ ਰੈਲੇਟਿਵ ਹੈਗਾ ਉੱਥੇ ਇਟਲੀ ਦੇ ਵਿੱਚ ਹੈਗਾ ਰੈਲੇਟਿਵ ਕੋਈ ਖਾਸ ਬੰਦਾ ਹੈਗਾ ਫੇਰ ਤਾਂ ਤੁਸੀਂ ਲੀਗਲ ਤੌਰ ਤੇ 6-6.5-7 ਲੱਖ ਰੁਪਏ ਤੱਕ ਪੇਪਰ ਆਪਣੇ ਬਣਾ ਸਕਦੇ ਆ ਸਹੀ ਆ ਤੇ ਬਾਕੀ ਜੇ ਤੁਹਾਡਾ ਇੱਥੇ ਜਾਣ ਪਛਾਣ ਦਾ ਕੋਈ ਹੈਗਾ ਜਾਣ ਪਛਾਣ ਦਾ ਤੁਹਾਡੇ ਇੱਥੇ ਕੋਈ ਖਾਸ ਤੁਹਾਡਾ ਏਜੰਟ ਆ ਉਹ 10-10 ਲੱਖ ਵੀ ਇੱਥੇ ਲਈ ਜਾ ਰਹੇ ਆ ਤੇ ਪਰ ਮੈਂ ਇਹ ਕਹਿੰਦਾ ਆ ਵੀ ਜੇ ਆਪਾਂ ਇਲੀਗਲ ਜਾਂਦੇ ਆ ਡੋਂਕੀਆਂ ਰਾਹੀਂ 15-15 ਲੱਖ 12-12 ਲੱਖ ਦੇ ਕੇ ਜੇ ਤੁਹਾਡਾ 10 ਲੱਖ ਰੁਪਏ ਦੇ ਵਿੱਚ ਵੀ ਤੁਹਾਡੇ ਪੇਪਰ ਇਟਲੀ ਦੇ ਬਣਦੇ ਆ ਤੁਸੀਂ ਪਹੁੰਚ ਜਾਂਦੇ ਆ ਇਟਲੀ ਵੈਲ ਐਂਡ ਗੁੱਡ ਆ ਡੋਂਕੀਆਂ ਦੇ ਚੱਕਰ ਚ ਪੈਣਾ ਨੀ ਚਾਹੀਦਾ 2 ਲੱਖ ਵਾਧੂ ਖਰਚ ਲਓ ਬਿਲਕੁਲ ਜਾਨ ਤੁਹਾਡੀ ਸੇਫ ਆ ਸਭ ਤੋਂ ਵੱਡਾ ਇਹਦਾ 9 ਮਹੀਨੇ ਦੇ ਪੇਪਰਾਂ ਦਾ ਇਹ ਫਾਇਦਾ ਤੁਸੀਂ 9 ਮਹੀਨੇ ਯੂਰਪ ਕਿਤੇ ਵੀ ਲੀਗਲ ਕੰਮ ਕਰ ਸਕਦੇ ਆ ਤੁਹਾਨੂੰ ਫੜ ਨਹੀਂ ਸਕਦੇ ਹੈਗੇ ਉਹ ਤੇ ਹੁਣ ਇਹਨਾਂ ਨੇ 9 ਮਹੀਨੇ ਤੋਂ ਬਾਅਦ ਪੇਪਰ ਐਕਸਟੈਂਡ ਕਰਨੇ ਵੀ ਸ਼ੁਰੂ ਕਰਤੇ ਉਹ ਪੇਪਰ ਅੱਗੇ ਸਾਲ ਵਾਲੇ ਪੇਪਰ ਵਧਦੇ ਸੀਗੇ ਉਹਨਾਂ ਦੇ ਪੱਕਾ ਹੋਣ ਦੇ ਚਾਂਸ ਸੀਗੇ ਹੁਣ 9 ਮਹੀਨੇ ਵਾਲੇ ਵੀ ਇਹਨਾਂ ਨੇ ਵਧਾਣੇ ਆ ਉਹਦੀ ਫੀਸ ਲੱਗੀ ਲੱਗਣੀ ਆ ਜੋ ਹੈਗੀ ਆ ਲੀਗਲ ਫੀਸ ਉਹ ਦਿਓ ਤੇ ਆਪਣੇ ਪੇਪਰ ਐਕਸਟੈਂਡ ਕਰਾ ਲਓ ਸਭ ਤੋਂ ਵਧੀਆ ਤੁਹਾਨੂੰ ਲੁਕ ਲੁਕ ਕੇ ਰਹਿਣਾ ਨਹੀਂ ਪੈਣਾ ਜੇ ਪਹਿਲਾਂ ਆਪਾਂ 1-2 ਲੱਖ ਵਾਧੂ ਖਰਚ ਵੀ ਲੈਂਦੇ ਹਾਂ ਉਹਦਾ ਤੁਹਾਨੂੰ ਬੈਨੀਫਿਟ ਇਹੀ ਆ ਵੀ ਤੁਹਾਨੂੰ ਲੁਕ ਕੇ ਰਹਿਣ ਦੀ ਲੋੜ ਨਹੀਂ ਹੈਗੀ ਪੁਲਿਸ ਵਾਲਿਆਂ ਨੂੰ ਦੇਖ ਕੇ ਭੱਜ ਕੇ ਲੁਕਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਲੀਗਲ ਰਹਿ ਸਕਦੇ ਲੀਗਲ ਕਿਸੇ ਵੀ ਕੰਟਰੀ 'ਚ ਕੰਮ ਕਰ ਸਕਦੇ ਆ ਬਿਲਕੁਲ ਜਿਹੜੇ 9 ਮਹੀਨੇ ਜਿੰਨਾ ਚਿਰ ਸਭ ਤੋਂ ਵਧੀਆ ਗੱਲ ਤਾਂ ਇਹੀ ਹੈ ਪੇਪਰਾਂ ਦੀ ਵੀ ਤੁਹਾਨੂੰ ਲੁਕ ਕੇ ਰਹਿਣ ਦੀ ਲੋੜ ਨਹੀਂ 9 ਮਹੀਨੇ ਤੁਸੀਂ ਕਿਸੇ ਵੀ ਕੰਟਰੀ 'ਚ ਕੰਮ ਕਰ ਸਕਦੇ ਤੁਹਾਡੇ ਹੁਣ ਪੇਪਰ ਇਹ ਇਟਲੀ ਦੇ ਵਿੱਚ ਵੀ ਐਕਸਟੈਂਡ ਹੋਣਗੇ ਪਹਿਲਾਂ ਪੇਪਰ ਐਕਸਟੈਂਡ ਨਹੀਂ 9 ਮਹੀਨੇ ਵਾਲੇ ਹੁੰਦੇ ਸੀ ਲੋਕਾਂ ਨੂੰ ਪੁਰਤਗਾਲ ਸਪੇਨ ਜਾਂ ਹੋਰ ਕਿਤੇ ਜਾਣਾ ਪੈਂਦਾ ਸੀ ਹੁਣ ਉੱਥੇ ਦੀ ਉੱਥੇ ਵੀ ਲੁੱਟ ਖਸੁੱਟ ਹੁੰਦੀ ਸੀ ਉਹ ਤੋਂ ਬਚ ਸਕਦੇ ਆ ਹਾਂ ਬਿਲਕੁਲ ਤੇ ਇੱਕ ਚੀਜ਼ ਹੋਰ ਆ ਇਹ ਜਿਹੜੇ ਪੇਪਰ ਹੁੰਦੇ ਆ ਜਿਹੜੇ 9 ਮਹੀਨੇ ਵਾਲੇ ਪੇਪਰ ਹੁੰਦੇ ਇਹਦੇ ਵਿੱਚ ਕੁੜੀਆਂ ਪੇਪਰ ਭਰਾ ਸਕਦੀਆਂ ਆਪਣੀਆਂ ਭੈਣਾਂ ਕਿਉਂਕਿ ਮੈਨੂੰ ਵੀ ਅੱਜ ਇੱਕ ਭੈਣ ਦਾ ਕਮੈਂਟ ਆਇਆ ਮੈਂ ਪੜ੍ਹਿਆ ਬਿਲਕੁਲ ਭਰਾ ਸਕਦੀਆਂ ਕੁੜੀਆਂ ਮਤਲਬ ਕੁੜੀਆਂ ਵੀ ਪੇਪਰ ਭਰਾ ਸਕਦੀਆਂ ਹਨ ਕੁੜੀਆਂ ਪੇਪਰ ਭਰਾ ਸਕਦੀਆਂ ਸਹੀ ਆ ਤੇ ਇਹ ਪੇਪਰ ਭਰਾਉਣ ਲਈ ਮੇਨ ਕੀ ਡਾਕੂਮੈਂਟ ਚਾਹੀਦੇ ਹੁੰਦੇ ਜਿੱਦਾਂ ਪੇਪਰ ਭਰਾਉਣ ਲਈ ਸਾਨੂੰ ਜਿੱਦਾਂ ਪਾਸਪੋਰਟ ਦੀ ਕਾਪੀ ਫਰੰਟ ਬੈਕ ਹਾਂ ਹਾਂ ਤੇ ਇੱਕ ਆਧਾਰ ਕਾਰਡ ਬਸ ਇਹ ਦੋ ਚੀਜ਼ਾਂ ਜ਼ਰੂਰੀ ਹਾਂਜੀ ਬਸ ਦੋ ਚੀਜ਼ਾਂ ਜ਼ਰੂਰੀ ਆ ਇਹਦੇ ਵਿੱਚ ਕੋਈ ਬੈਂਕ ਬੈਲੈਂਸ ਕੋਈ ਪ੍ਰਾਪਰਟੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸਾਨੂੰ ਹੈਗੀ ਸਹੀ ਆ ਕੋਈ ਕਾਗਜ਼ ਨਹੀਂ ਲੱਗਣਾ ਸਿਰਫ 2 ਪੇਪਰ ਸਾਡੇ ਇਹ ਲੱਗਣੇ ਆ ਸਹੀ ਆ ਇਹ ਤੋਂ ਬਿਨਾ ਹੋਰ ਤੀਜਾ ਪੇਪਰ ਕੋਈ ਨਹੀਂ ਲੱਗਣਾ ਠੀਕ ਆ ਜੀ ਤੇ ਭਾਜੀ ਮੈਂ ਚਾਹੂੰਗਾ ਹੋਰ ਬਹੁਤ ਸਾਰੇ ਕਿਉਂਕਿ ਮੈਨੂੰ ਮੈਸੇਜ ਆਉਂਦੇ ਰਹਿੰਦੇ ਹਨਾ ਵੀ ਬਹੁਤ ਸਾਰੇ ਭਰਾ ਇਦਾਂ ਦੇ ਆ ਜਿਹੜੇ ਹੋਰਾਂ ਕੰਟਰੀਆਂ 'ਚ ਬੈਠੇ ਜਿੱਦਾਂ ਹੁਣ ਕੋਈ ਅੱਜ ਵੀ ਮੈਨੂੰ ਇੱਕ ਮੈਸੇਜ ਆਇਆ ਸੀ ਭਰਾ ਦਾ ਉਹ ਬੰਦਾ ਕਤਰ 'ਚ ਬੈਠਾ ਹਨਾ ਤੇ ਇਹ ਚੀਜ਼ ਦੱਸਿਓ ਉਹ ਬੰਦੇ ਕਿਤੇ ਵੀ ਬੈਠੇ ਜਿਹੜੀ ਹੋਰ ਅਰਬ ਕੰਟਰੀਆਂ 'ਚ ਬੈਠੇ ਉਹ ਕਿਤੇ ਉੱਥੇ ਬੈਠੇ ਵੀ ਪੇਪਰ ਭਰਾ ਸਕਦੇ ਆ ਜਿਹੜੇ ਅਰਬ ਕੰਟਰੀ ਵਿੱਚ ਬੈਠੇ ਆ ਉਹਨਾਂ ਨੂੰ ਆਪਾਂ ਜਦੋਂ ਕੋਟਾ ਮਿਲਦਾ ਆ ਉਹ ਜਦੋਂ ਅਸੀਂ ਇੰਡੀਆ ਦਾ ਪੰਜਾਬ ਦਾ ਕੋਟਾ ਇੱਥੋਂ ਪਾਸਪੋਰਟ ਭੇਜਣਾ ਤਾਂ ਉਹਨਾਂ ਦਾ ਪੇਪਰ ਜਿਹੜੇ ਆ ਉਹ ਇੰਡੀਆ ਦੇ ਵਿੱਚ ਹੀ ਜਮ੍ਹਾਂ ਹੋਣੇ ਨਹੀਂ ਜਮ੍ਹਾਂ ਤਾਂ ਇੱਥੇ ਹੀ ਹੋਣੇ ਜੋ ਬਾਹਰ ਬੈਠੇ ਆ ਉਹ ਭਰਾ ਸਕਦੇ ਬਾਹਰ ਬੈਠੇ ਕਿਤੇ ਵੀ ਭਰਾ ਸਕਦੇ ਆਪਣੇ ਪਾਸਪੋਰਟ ਦੀ ਕਾਪੀ ਭੇਜ ਕੇ ਉਹ ਪੇਪਰ ਭਰਾ ਸਕਦੇ ਆ ਜਿੱਦਾਂ ਉਹਨਾਂ ਦੀ ਅਪਾਇੰਟਮੈਂਟ ਆ ਗਈ ਮੰਨ ਲਓ ਤੁਸੀਂ 20 ਅਪ੍ਰੈਲ ਦੀ ਉਹਨਾਂ ਦੀ ਆ ਗਈ ਅਪਾਇੰਟਮੈਂਟ ਉਹ 18 ਨੂੰ ਆ ਜਾਣ 19 ਤੱਕ ਪਹੁੰਚ ਜਾਣ ਸਹੀ ਆ ਤੇ ਮੈਂ ਚਾਹੂੰਗਾ ਭਾਜੀ ਇੱਕ ਨਾ ਤੁਸੀਂ ਆਪਣਾ ਫੋਨ ਨੰਬਰ ਜ਼ਰੂਰ ਬੋਲ ਦਿਓ ਤਾਂ ਕਿ ਜੇ ਕਿਸੇ ਭਰਾ ਨੇ ਤੁਹਾਨੂੰ ਵਟਸਐਪ ਤੇ ਗੱਲ ਕਰਨੀ ਹੋਵੇ ਜਾਂ ਤੁਹਾਨੂੰ ਫੋਨ ਕਰਨਾ ਹੋਵੇ ਤਾਂ ਤੁਹਾਨੂੰ ਉਹ ਫੋਨ ਕਰ ਸਕੇ ਮੇਰਾ ਨੰਬਰ ਹੈਗਾ ਆ 98723 83 343 ਠੀਕ ਆ ਜੀ ਤੇ ਇਹ ਸੀ ਜੀ ਸਾਡਾ ਨਾਮ ਦੀ ਭਰਾ ਤੇ ਆਸ ਕਰਦੇ ਹਾਂ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਊਗੀ ਤੇ ਬਾਕੀ ਕੋਈ ਮੇਰਾ ਭਰਾ ਮੇਰੇ ਤੋਂ ਕੋਈ ਇਹਦੇ ਵਿਸ਼ੇ ਬਾਰੇ ਕੋਈ ਸਲਾਹ ਲੈਣਾ ਚਾਹੁੰਦਾ ਹੋਇਆ ਜੋ ਜਾਣਾ ਚਾਹੁੰਦਾ ਹੋਇਆ ਉਹ ਮੇਰੇ ਨਾਲ ਫੋਨ ਤੇ ਗੱਲ ਕਰ ਸਕਦਾ ਆ ਠੀਕ ਆ ਤੇ ਬਾਕੀ ਜਿੱਦਾਂ ਹੁਣ ਕਈ ਚਾਹ ਪੂਰਾ ਕਰਦੇ ਰਹਿੰਦੇ ਆ ਉਹ ਪਲੀਜ਼ ਉਹ ਨਾ ਕੋਈ ਕਾਲ ਕਰਿਓ ਜਿਹੜਾ ਜਾਣਾ ਚਾਹੁੰਦਾ ਉਹਨੂੰ ਮੈਂ ਸਹੀ ਸਲਾਹ ਦਊਂਗਾ ਸਹੀ ਆ ਉਹ ਬਸ ਉਹੀ ਕਾਲ ਕਰਨ ਮੈਨੂੰ ਸਹੀ ਆ ਸਹੀ ਆ ਤੇ ਇਹ ਸੀਗੀ ਜੀ ਆਪਣੇ ਨਾਮ ਦੀ ਭਰਾ ਤੇ ਆਸ ਕਰਦੇ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੇ ਵੀਰ ਜਾਣ ਦੇ ਚਾਹਵਾਨ ਆ ਹਨਾ ਤੇ ਉਹਨਾਂ ਨੂੰ ਸਹੀ ਪਤਾ ਲੱਗ ਸਕੇ ਕਿ ਇਟਲੀ ਦੇ ਪੇਪਰਾਂ ਬਾਰੇ ਕੀ ਹਿਸਾਬ ਕਿਤਾਬ ਹੁੰਦਾ ਹਨਾ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ